ਕੀ ਨਾਮ ਹੈ ਜੀ ਤੁਹਾਡਾ? ਕਿਹੜਾ ਪਿੰਡ ਹੈ ਜੀ? ਤੇ ਅੱਜ ਜਿਹੜਾ ਝਗੜਾ ਹੋਇਆ ਵਾ, ਕੀ ਹੈ ਮਸਲਾ ਸਾਰਾ ਜੀ? ਮਸਲਾ ਇਹੋ ਹੀ ਆ ਜੀ, ਬਸ ਮਸਲਾ ਨਹੀਂ ਹੈਗਾ ਵਾ ਇੱਧਰ ਦਾ, ਆਪਣਾ ਮਸਲਾ ਹੈਗਾ ਨਾਲੀ ਦਾ ਜੀ, ਨਾਲੀ ਦਾ ਮਸਲਾ ਹੈ ਤੇ ਉਹ ਇਹਨਾਂ ਦੇ ਮੈਂ ਤੇ ਲੱਗਾ ਹਾਂ, ਲੱਗਾ ਇਹਨਾਂ ਦੇ ਕੰਮ ਕਰਨੇ ਆ। ਕਿੰਨਾ ਦੇ ਜੀ? ਇਹਨਾਂ ਸਾਹਿਬ ਸਿੰਘ ਦੇ ਲੱਗਾ ਹਾਂ, ਤੇ ਬਾਕੀ ਇਹਨਾਂ ਦੇ ਮੁੰਡੇ ਮੰਡੇ ਇਹਨਾਂ ਨੇ ਕੁਛ ਬੁਲਾਏ ਸੀ, ਨਾਲੀ ਦਾ ਹੀ ਮਸਲਾ ਹੈ ਪੁਰਾਣਾ ਇਹਨਾਂ ਦਾ, ਤੇ ਉਹ ਇਹਨਾਂ ਦੇ ਲੜਾਈ ਹੋਈ ਆ ਤੇ ਦੋਵਾਂ ਜੀਆਂ ਸੱਟ ਸੱਟਾਂ ਲੱਗੀਆਂ ਜੀ। ਕਿੰਨਾ ਦੇ? ਦੋ ਜੀਆਂ ਸੱਟਾਂ ਲੱਗੀਆਂ ਜੀ, ਸਾਹਿਬ ਦੇ ਲੱਗੀ ਆ ਤੇ ਕਬਲ ਦੇ ਲੱਗੀ ਆ ਜੀ। ਅੱਛਾ ਜੀ, ਇੱਕ ਜਿਹੜੀ ਗੋਲੀ ਵਗੈਰਾ ਚੱਲੀ ਆ ਤੇ ਉਹ ਕੀ ਮਸਲਾ ਸਾਰਾ? ਗੋਲੀ ਦਾ ਕਿਸ ਤਰ੍ਹਾਂ? ਗੋਲੀ ਮੈਂ ਵੇਖਿਆ ਤਾਂ ਹੈਗਾ, ਬਾਕੀ ਤਾਂ ਮੇਰੇ ਸਾਹਮਣੇ ਲੱਗੀ ਤੇ ਕਿਸੇ ਨੂੰ ਨਹੀਂ ਕਿ ਮੈਂ। ਕਿੰਨਾ ਕਿੰਨਾ ਵੱਲੋਂ ਚਲਾਈ ਗਈ ਗੋਲੀ? ਗੋਲੀ ਕਿੰਨਾ ਵੱਲੋਂ ਚਲਾਈ ਗਈ? ਗੋਲੀ ਇਹਨਾਂ ਦੇ ਚਲਾਈ ਗਈ ਸਾਹਿਬ ਵੱਲੋਂ ਜੀ। ਸਾਹਿਬ ਵੱਲੋਂ ਚਲਾਈ ਗਈ ਗੋਲੀ, ਠੀਕ ਹੈ ਜੀ। ਪਿਸਤੌਲ ਚਲਾਇਆ ਗਿਆ, ਹੋਰ ਬਾਕੀ ਕੋਈ ਵੱਡੀ ਨਹੀਂ ਕੋਈ, ਉਹ ਵੀ ਜਦੋਂ ਮੌਕੇ ਦੇ ਇਹਨਾਂ ਮੁੰਡੇ ਮੁੰਡੇ ਵੇਖਿਆ ਨਾ ਬਹੁਤ ਬੁਲਾਏ ਸੀ, ਉਹਦਾ ਕਰਕੇ ਤਾਂ ਫਿਰ ਇਹਨਾਂ ਨੇ ਕੀਤਾ ਵੀ ਆਪਦੇ ਬਚਾਉਣ ਦਾ ਕਰਕੇ, ਮੁੰਡੇ ਵਾਹਵਾ ਬੁਲਾਏ ਸੀ ਇਹਨਾਂ ਨੇ, ਉਹਦਾ ਕਰਕੇ ਸਿਰਫ ਦੋ ਜਣੇ ਸੀ। ਅਤੇ ਝਗੜਾ ਹੋਇਆ ਕਿਹਨਾਂ ਦੇ ਨਾਲ ਇਹਨਾਂ ਦਾ ਜਿਹੜਾ? ਕੀ ਨਾਮ ਕੀ ਇਹਨਾਂ ਦਾ ਜੀ? ਹਾਂਜੀ, ਇਹ ਕੀ ਕਿਹਨਾਂ ਦੇ ਨਾਲ ਝਗੜਾ ਹੋਇਆ ਵੀ ਜੀ? ਤਰਿੰਦਰ ਸਿੰਘ ਦੇ ਨਾਲ ਹੋਇਆ, ਤਰਿੰਦਰ ਸਿੰਘ ਛਿੰਦਾ ਦੇ ਨਾਲ ਜੀ। ਅੱਛਾ ਜੀ, ਠੀਕ। ਕੀ ਨਾਮ ਬਾਬਾ ਜੀ ਤੁਹਾਡਾ? ਸਰਵਣ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਮਲੇਰ ਜੀ। ਅੱਜ ਝਗੜਾ ਹੋਇਆ ਵਾ, ਕੀ ਗੱਲ ਹੋਈ ਸਾਡਾ, ਕੀ ਮਸਲਾ? ਉਹ ਜੀ ਮੇਰਾ ਭਰਾ ਹੈ ਸੁਰਿੰਦਰ ਸਿੰਘ, ਉਹਨੇ ਆਪਣੇ ਬੋਹੇ ਵਾਲੀ ਮਿੱਟੀ ਲਵਾਈ ਸੀ ਅਤੇ ਪੱਧਰ ਕਰਨ ਲੱਗੇ ਸੀ, ਕਿੰਨੇ ਚਿਰ ਨੂੰ ਕਵਲਜੀਤ ਸਿੰਘ ਅਤੇ ਸਾਹਿਬ ਸਿੰਘ, ਦੁਰਲਭ ਸਿੰਘ, ਅਨੂਪ ਸਿੰਘ, ਦੋ ਉਹਨਾਂ ਦੇ ਘਰ ਦੀਆਂ, ਕਵਲਜੀਤ ਸਿੰਘ ਨੰਗੇ ਕਿਰਪਾਨ ਸੀ, ਸਾਹਿਬ ਸਿੰਘ ਕੋਲ ਪਿਸਤੌਲ ਸੀ, ਅਨੂਪ ਸਿੰਘ ਕੋਲ ਡਾਂਗ ਸੀ, ਦੁਰਲਭ ਸਿੰਘ ਡਾਂਗ ਸੀ, ਡਾਂਗ ਘਰਦਿਆਂ ਕੋਲ ਡਾਂਗਾਂ ਸੀ, ਸਾਡੇ ਗੱਲ ਪਏ ਆ ਗਏ ਬਿਨਾਂ ਵਜ੍ਹਾ ਕਿਸੇ ਤੋਂ। ਮੇਰੇ ਪ੍ਰਭਾਵ ਦਾ ਉਹਨੇ ਗੁੱਟ ਵੱਢਤਾ ਹੈ ਅਤੇ ਇੱਕ ਸਾਡੇ ਸਿੰਘ ਨੂੰ ਗੁੱਲ ਲੱਗੀ ਹੈ। ਕੀ ਨਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ? ਸੁਰਿੰਦਰ ਸਿੰਘ, ਮੇਰਾ ਭਰਾ ਦੇ ਸੱਟ ਲੱਗੀ ਗੁੱਟ 'ਤੇ ਜੀ, ਕਿਰਪਾਨ ਵਾਲੀ ਕਵਲਜੀਤ ਸਿੰਘ, ਅਤੇ ਜਿਹੜਾ ਮੇਰਾ ਭਤੀਆ ਹੈ ਜਸ਼ਨਜੀਤ ਸਿੰਘ, ਉਹਦੇ ਲੱਗੀ ਗੋਲੀ ਦੇ ਨਿਸ਼ਾਨ, ਇੱਕ ਮੁੰਡਾ ਜਸ਼ਨਜੀਤ ਹੋਰ ਨਾਲ ਆਇਆ ਹੁਣ ਰਿਸ਼ਤੇਦਾਰ ਕੋਈ, ਉਹਦੇ ਗੋਲੀ ਲੱਗੀ ਹੈ। ਹੁਣ ਕੀ ਇਸ ਸੰਬੰਧੀ ਤੁਸੀਂ ਦਰਖਾਸਤ ਵਗੈਰਾ ਕੋਈ ਦਿੱਤੀ ਸਾਨੂੰ? ਇਹ ਸਾਡੇ ਨਾਲ ਬਿਲਕੁਲ ਬੇਨਿਆਈ ਹੋਈ ਆ, ਸਾਡੇ ਘਰ ਆ ਗੱਲ ਪਏ ਹੋ ਅਤੇ ਉਹਨਾਂ ਦੀ ਕਾਰਵਾਈ ਹੋਵੇ, ਇੰਸਾਨਸ਼ੀ ਇੱਥੇ ਆ ਰਿਹਾ ਉਹ ਵੀ ਜ਼ਬਤ ਹੋਵੇ। ਇਸ ਸੰਬੰਧੀ ਤੁਸੀਂ ਥਾਣਾ ਵੇਖਿਆ, ਤੁਸੀਂ ਦਰਖਾਸਤ ਦਿੱਤੀ ਆ? ਹਾਂਜੀ, ਇਹ ਤੇ ਆਈ ਜੰਪੀ ਸਰ। ਠੀਕ, ਹਾਂਜੀ। ਕੀ ਨਾਂ ਭੈਣ ਜੀ ਤੁਹਾਡਾ? ਸੁਖਮਿੰਦਰ ਕੌਰ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਬਲੇਰ। ਹਾਂਜੀ, ਅੱਜ ਜਿਹੜਾ ਝਗੜਾ ਹੋਇਆ ਤੁਹਾਡਾ ਕੀ ਗੱਲ ਹੋਈ, ਸਾਰਾ ਮਸਲਾ ਕੀ ਹੈ ਜੀ? ਇਹ ਵੀ ਮਿੱਟੀ ਤੋਂ ਗਲੀ ਤੋਂ ਹੋਈ ਝਗੜਾ ਵੀਰ। ਕਿੰਨਾਂ ਨਾਲ ਝਗੜਾ ਹੋਇਆ ਤੁਹਾਡਾ? ਆ ਵੀਰ ਹੱਟੇ ਆ ਡਿਪੋ ਨਾਲ। ਤੇ ਕੀ ਮਸਲਾ ਕੀ ਹੈ ਸਾਰਾ? ਇਹ ਮਸਲਾ ਵੀਰ ਗਲੀ ਦਾ ਹੀ ਹੈ ਤੇ ਮਿੱਟੀ ਗਾੜੀ ਪਈ ਸੀ, ਮਿੱਟੀ ਤੋਂ ਜਾਂਦੇ ਸੀ ਪੱਧਰ ਨਹੀਂ ਕਰਨ ਨੀਗਾ। ਕੌਣ ਕਹਿੰਦੇ ਜੀ? ਸਾਹਿਬ ਤੇ ਕਵਲ। ਤੇ ਫਿਰ ਕੀ ਗੱਲ ਹੋਈ ਆ? ਫਿਰ ਕੋਈ ਗੱਲ ਹੀ ਹੋਈ ਵੀਰ ਘਰੇ, ਉਹ ਕੋਈ ਗੱਲ ਹੀ, ਇਹਨਾਂ ਨੇ ਆਖਿਆ ਵੀ ਅਸੀਂ ਖਲੋ ਗਏ ਬਾਹਰ ਜਾ ਕੇ। ਕੌਣ? ਇਹ ਮੇਰਾ ਪਤੀ ਤੇ ਮੇਰਾ ਮੁੰਡਾ। ਕੀ ਨਾਂ ਇਹਨਾਂ ਦਾ? ਜਸ਼ਨ ਸਿੰਘ ਤੇ ਸੁਰਿੰਦਰ ਸਿੰਘ। ਅੱਛਾ ਜੀ, ਫਿਰ ਕੀ ਗੱਲ ਹੋਈ ਆ? ਫਿਰ ਘਰ ਆਣ ਕੇ ਪੈ ਗਏ ਉਹ। ਕੌਣ ਪੈ ਗਏ ਘਰੇ ਆ ਕੇ? ਇਹ ਡਿਪੂ ਵਾਲੇ। ਅੱਛਾ ਜੀ, ਕੀ ਫਿਰ? ਇਹਨਾਂ ਨੇ ਆਣ ਕੇ ਗੋਲੀਆਂ ਚਲਾਈਆਂ। ਅੱਛਾ ਜੀ, ਤੇ ਗੋਲੀ ਵੱਜੀ ਕਿਸੇ ਤੇ ਕੋਈ ਫਟ? ਗੋਲੀ ਇੱਕ ਆਰ ਪਾਰ ਹੋਈ ਮੁੰਡੇ ਦੇ। ਕੀ ਨਾਂ ਉਹਨਾਂ ਦਾ ਜਿਨ੍ਹਾਂ ਦੇ ਗੋਲੀ ਲੱਗੀ ਆ? ਉਹਦੇ ਹੈਪੀ। ਅੱਛਾ ਜੀ, ਹੋਰ? ਦੂਜੇ ਮੇਰੇ ਮੁੰਡੇ ਦੇ ਸੰਚਣੇ ਵੱਜੇ ਗੋਲੀ ਦੇ। ਅੱਛਾ ਜੀ, ਹਾਂਜੀ। ਤੇ ਹੋਰ ਕਿਹਨਾਂ ਦੇ ਲੱਗੀ ਗੋਲੀ? ਮੇਰੇ ਘਰ ਵਾਲੇ ਦੇ ਗੁੱਟ ਵੱਡਿਆ ਉਹਨਾਂ ਨੇ। ਅੱਛਾ ਜੀ, ਹਾਂਜੀ। ਤੇ ਪਾਣ ਮਾਰੀ ਕਬਲ ਨੇ। ਤੇ ਹੁਣ ਤੁਸੀਂ ਇਸ ਸੰਬੰਧੀ ਕੋਈ ਦਰਖਾਸਤ ਵਗੈਰਾ ਕੋਈ ਦਿੱਤੀ ਆ? ਦਰਖਾਸਤ ਹੁਣ ਦਿੱਤੀ, ਸਵੇਰੇ ਨਹੀਂ ਹੋਈ, ਕੋਈ ਪੁਲਿਸ ਨਹੀਂ ਆਈ ਮੌਕੇ ਦੇ। ਅੱਛਾ ਜੀ, ਭਿਖਿਵਿੰਡ ਥਾਣੇ ਦੇ ਕੇ ਦਰਖਾਸਤ ਦੀ? ਉੱਥੋਂ ਦੇ ਗਿਆ ਆ। ਅੱਛਾ ਜੀ, ਹਾਂਜੀ। ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਕੀ ਨਾ ਭਾਜੀ ਤੁਹਾਡਾ? ਕਿਹੜਾ ਪਿੰਡ ਹੈ ਜੀ? ਅੱਛਾ, ਅੱਜ ਜਿਹੜਾ ਝਗੜਾ ਹੋਇਆ ਕੀ ਗੱਲ ਹੋਈ ਸਾਰਾ, ਕੀ ਮਸਲਾ ਜੀ? ਇਹ ਫਿਰ ਗਲੀ ਤੋਂ ਹੋਈ ਆ, ਇਸ ਤਰ੍ਹਾਂ ਇਹਨੇ ਮਿੱਟੀ ਪਾ ਲਈ ਹੋਵੇ ਗਾੜੀ ਆਪਦੇ ਗਾੜੀ। ਕਿੰਨੇ ਆਏ? ਇਹ ਸੁਰਿੰਦਰ ਨੇ। ਅੱਛਾ ਜੀ, ਇਹ ਕਹਿੰਦੇ ਸੀ ਮਿੱਟੀ ਨਹੀਂ ਪੈਣ ਦੇਣੀ। ਕੌਣ ਕਹਿੰਦਾ ਜੀ? ਇਹ ਸਾਹਿਬ ਤੇ ਕਬਲ। ਅੱਛਾ ਜੀ, ਇਹ ਮੁੜ ਕੇ ਇਸ ਤਰ੍ਹਾਂ ਮਿੱਟੀ ਪਾ ਲਈ ਆ ਤੇ ਮੁੜ ਕੇ ਰਫਲਾ ਲੈ ਕੇ ਆ ਗਏ। ਰਫਲਾ ਲੈ ਕੇ ਕੌਣ ਆਇਆ ਜੀ? ਸਾਹਿਬ। ਅੱਛਾ ਜੀ, ਤੇ ਇੱਕ ਮੁੰਡੇ ਨੂੰ ਲੱਗੀ ਸਾਡੇ ਨੂੰ। ਅੱਛਾ ਜੀ, ਦਿਓਰ ਮੇਰੇ ਦਾ ਗੁੱਟ ਵੱਢਿਆ। ਅੱਛਾ ਜੀ, ਤੇ ਮੁੰਡੇ ਸਾਡੇ ਨੂੰ ਇੱਥੇ ਲੱਗੀਆਂ। ਅੱਛਾ ਜੀ, ਫਿਰ? ਤੇ ਫਿਰ ਇਸ ਤਰ੍ਹਾਂ ਹੀ ਲੜਾਈ ਹੁੰਦੀ ਵੱਧ ਗਈ ਤੇ ਮੁੜ ਕੇ ਇਸ ਤਰ੍ਹਾਂ ਬਸ ਇਸ ਤਰ੍ਹਾਂ ਅਸੀਂ ਚਲੇ ਗਏ। ਕਿੰਨੇ ਕਿੰਨੇ ਬੰਦਿਆਂ ਦੇ ਜਿਹੜੀ ਹੈ ਤੁਹਾਡੇ ਗੋਲੀ ਲੱਗੀ ਹੈ? ਤਿੰਨਾਂ ਜਾਣਿਆਂ ਦੇ। ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਇਹੋ ਮੰਗ ਕਰਦੇ ਹਾਂ ਤੇ ਇਹਨਾਂ 'ਤੇ ਕਾਰਵਾਈ ਹੋ ਗਈ। ਹਾਂ, ਹਾਂਜੀ। ਕੀ ਨਾਂ ਭੈਣ ਜੀ ਤੁਹਾਡਾ? ਮੇਰਾ ਨਾਮ ਕਰਮਜੀਤ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਬਲੇਰ ਹੈ ਪਿੰਡ। ਤੇ ਅੱਜ ਜਿਹੜਾ ਝਗੜਾ ਹੋਇਆ ਵਾ ਤੇ ਕੀ ਗੱਲ ਹੋਈ, ਮਸਲਾ ਸਾਰਾ ਕੀ ਹੈ ਜੀ? ਹਾਂਜੀ, ਇਹ ਭਾਜੀ ਉੱਥੋਂ ਹੋਇਆ ਵਾ, ਨਾਲੀ ਤੋਂ ਹੀ, ਨਾਲੀ ਤੋਂ ਹੀ ਕੀਤਾ ਗਿਆ ਵਾ। ਅਸੀਂ ਘਰੇ ਹਾਂ, ਅਸੀਂ ਚੁੱਪ ਕਰਕੇ ਬੈਠੇ ਹਾਂ, ਅਸੀਂ ਕੋਈ ਨਹੀਂਗੇ। ਇਹਨਾਂ ਨੇ ਬੰਦੇ ਲਿਆਂਦੇ ਆ, ਮੁੰਡੇ ਲਿਆਂਦੇ ਆ। ਕਿੰਨਾਂ ਨੇ ਜੀ? ਇਹਨਾਂ ਨੇ ਭਾਜੀ ਸੁਰਿੰਦਰ ਸੋਹਣਾ ਨੇ,
ਇਹਨਾਂ ਨੇ ਲਿਆਣ ਕੇ ਤੇ ਸਾਡੇ ਗੱਲ ਪਵਾਏ ਆ ਤੇ ਉਹਨਾਂ ਦੋਵਾਂ ਭਰਾਵਾਂ ਨੂੰ ਸੱਟਾਂ ਲਾਤੀਆਂ ਵਾ ਮੇਰੇ ਵੀ ਆ ਇੱਥੇ ਡਾਂਗ ਵੱਜੀ ਆ ਇੱਥੇ ਵੱਜੀ ਆ ਉੱਧਰੋਂ ਸਾਡੇ ਚਾਚਾ ਸਹੁਰਾ ਵਾ ਉਹਨਾਂ ਦੇ ਵੀ ਬਾਂਹ ਤੇ ਸੱਟ ਲਾਈ ਇਹਨਾਂ ਨੇ ਤੇ ਇੱਕ ਜਿਹੜੀ ਗੋਲੀ ਚਲਾਈ ਗਈ ਹੈ ਇਹ ਕਿਹਨਾਂ ਦੇ ਵੱਲੋਂ ਚਲਾਈ ਗਈ ਹੈ ਜੀ ਇਹ ਗੋਲੀ ਨਹੀਂ ਭਾਜੀ ਕਿਸੇ ਨੇ ਵੀ ਚਲਾਈ ਹੈ ਗੋਲੀ ਨਹੀਂ ਆ ਚੱਲੀ ਗਈ ਗੋਲੀ ਦਾ ਨਹੀਂ ਆ ਕੋਈ ਵੀ ਹੈਗਾ ਕਾਰਨ ਗੋਲੀ ਨਹੀਂ ਚੱਲੀ ਉਹਨਾਂ ਦਾ ਕਸੂਰ ਜ਼ਿਆਦਾ ਵਾ ਇਹ ਸਾਡੀ ਨਾਰੀ ਜੱਦੀ ਪੁਰਖੀ ਇੱਥੇ ਬਣਦੀ ਬਣੀ ਆ ਇਹ ਸਾਰੇ ਆਉਂਦੇ ਆ ਪਿੰਡ ਵਾਲੇ ਸਾਰੇ ਜਿੰਨੇ ਆਉਂਦੇ ਆ ਪਤਾ ਲੈਣ ਸਾਰੇ ਉਹ ਆਉਂਦੀਆਂ ਭੈਣਾਂ ਵੀ ਆਉਂਦੀਆਂ ਵੀ ਨਾਲੀ ਸ਼ੁਰੂ ਤੋਂ ਹੀ ਇੱਥੇ ਆ ਇਸ ਸੰਬੰਧ ਵਿੱਚ ਤੁਸੀਂ ਪਿੰਡ ਦੇ ਮੋਹਦਵਾਰਾਂ ਨਾਲ ਜਾਂ ਥਾਣੇ ਦਰਖਾਸਤ ਕੋਈ ਕਦੇ ਪੰਚਾਇਤ ਦੇ ਵਿੱਚ ਕੋਈ ਫੈਸਲਾ ਤੁਹਾਡਾ ਨਹੀਂ ਕੋਈ ਹੋਇਆ ਇਹਦੇ ਵਿੱਚ ਹੋਇਆ ਇਹ ਫੈਸਲਾ ਕੱਲ੍ਹ ਕੀਤਾ ਸੀ ਉਹਨਾਂ ਨੇ ਫੈਸਲਾ ਉਹਨਾਂ ਨੇ ਪੰਚਾਇਤ ਵਾਲਿਆਂ ਨੇ ਇਹੋ ਹੀ ਆਖਿਆ ਸੀ ਵੀ ਜਿੱਥੇ ਨਾਲੀ ਆਉਂਦੀ ਸ਼ੁਰੂ ਤੋਂ ਉੱਥੇ ਨਾਲੀ ਬਣੂੰਗੀ ਵੀ ਉੱਥੋਂ ਨਾਲੀ ਨਹੀਂ ਅਗਾਂਹ ਪਛਾਂਹ ਹੋ ਸਕਦੀ ਅਤੇ ਇਹਨਾਂ ਨੇ ਪੰਚਾਇਤ ਵਾਲਿਆਂ ਦੀ ਗੱਲ ਨਹੀਂ ਸੁਣੀ ਅਤੇ ਇਹਨਾਂ ਅੱਜ ਬੰਦੇ ਇਕੱਠੇ ਕਰਕੇ ਅਤੇ ਸਾਡੀ ਗੱਲ ਪੈ ਗਈ ਹੈ ਇਹ ਜਿਹੜਾ ਜਿਹੜੀ ਮਿੱਟੀ ਪਾ ਰਹੇ ਗਲੀ ਦਾ ਤੁਸੀਂ ਕਹਿ ਰਹੇ ਜੀ ਇਹ ਮਤਲਬ ਤੁਹਾਡੀ ਗਲੀ ਬੰਦ ਕੀਤੀ ਹੈ ਕਿ ਜਾਂ ਕਿਸ ਤਰ੍ਹਾਂ ਵਾ ਕੀ ਸਾਰਾ ਹੈ ਗਲੀ ਵੀ ਗਾੜੀ ਨੂੰ ਬੰਦ ਕਰਤੀ ਆ ਅਤੇ ਨਾਲੀ ਵੀ ਸਾਡੀ ਸਾਰੀ ਬੰਦ ਕਰਤੀ ਆ ਹੁਣ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਹੁਣ ਅਸੀਂ ਮੰਗ ਉਹ ਕਰਦੇ ਹਾਂ ਵੀ ਇਹਨਾਂ ਤੋਂ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ ਹਾਂਜੀ ਸਰ ਇੱਕ ਅੱਜ ਪਿੰਡ ਬਲੇ ਦੇ ਵਿਖੇ ਜਿਹੜਾ ਝਗੜਾ ਹੋਇਆ ਵਾ ਗੋਲੀ ਚੱਲੀ ਕੀ ਸਾਰਾ ਮਸਲਾ ਇਹ ਜੀ ਪਿੰਡ ਦਾ ਦੋ ਪਾਰਟੀਆਂ ਸੀ ਉਹ ਮਿੱਟੀ ਪਾਉਂਦੇ ਸੀ ਗਲੀ ਦੇ ਵਿੱਚ ਗਲੀ ਪੱਧਰ ਕਰਨ ਵਾਸਤੇ ਅਤੇ ਦੂਸਰੀ ਪਾਰਟੀ ਨੇ ਜਿਹੜਾ ਵਿਰੋਧ ਕੀਤਾ ਉਹਨੂੰ ਡੱਕਿਆ ਜੀ ਡੱਕਣ ਦੇ ਬਾਵਜੂਦ ਇਹਨਾਂ ਦਾ ਮਾਮੂਲੀ ਝਗੜਾ ਹੋਣ ਕਰਕੇ ਉਹ ਗੱਲ ਜਿਹੜੀ ਉਹ ਬਾਤੀ ਚੱਲਰ 'ਤੇ ਤਹਿਸ਼ 'ਚ ਆ ਗਈ ਹੈ ਜੀ ਤਹਿਸ਼ 'ਚ ਆਉਣ ਕਰਕੇ ਅਤੇ ਇੱਕ ਜਿਹੜੇ ਹੈਗਾ ਹੈ ਸਾਹਿਬ ਸਿੰਘ ਪੁੱਤਰ ਬਾਜ ਸਿੰਘ ਕਵਲਜੀਤ ਸਿੰਘ ਪੁੱਤਰ ਬਾਜ ਸਿੰਘ ਇਹ ਘਰਾਂ ਤੋਂ ਅਸਲਾ ਲੈ ਕੇ ਅਤੇ ਦਾਤਰ ਲੈ ਕੇ ਆ ਗਏ ਨੇ ਇਹਨਾਂ ਨੇ ਫਿਰ ਜਸ਼ਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਹੈਪੀ ਇਹਨਾਂ ਦੇ ਸੱਟਾਂ ਲਾਈਆਂ ਅਤੇ ਗੋਲੀ ਇਹਨਾਂ ਦੇ ਲੱਗੀ ਇਹਨਾਂ ਦੋ ਧਿਰਾਂ ਨੂੰ ਦਰਖਾਸਤਾਂ ਆ ਗਈਆਂ ਨੇ ਅਤੇ ਉਹ ਦੌਰਾਨੇ ਤਫਤੀਸ਼ ਜੋ ਕਾਰ ਅਗਲੇ ਦੀ ਕਾਰਵਾਈ ਬਣੇਗੀ ਉਹ ਤਫਤੀਸ਼ ਅਮਲ ਵਿੱਚ ਲਿਆਂਦੀ ਜਾਏਗੀ।